ਜੀ ਪਾਪਾ ਜੀ ਪਾਪਾ ਜੀ 4 ਮਹੀਨਿਆਂ ਦਾ ਤੁਹਾਡੀ ਪ੍ਰੈਗਨੈਂਸੀ ਸੀ ਤੇ ਤੁਸੀਂ ਕਿਟ ਖਾਦੀ ਕੀ ਖਾਦੀ ਤੁਸੀਂ ਕਿਟ ਖਾਦੀ ਔਰ ਤੁਸੀਂ ਸ਼ਾਸਤਰ ਰੱਖਿਆ ਫਿਰ ਕੋਈ ਪ੍ਰੋਬਲਮ ਹੋਈ ਕਿਟ ਖਾਣ ਦੇ ਬਾਵਜੂਦ ਨਹੀਂ ਪਾਪਾ ਅਰੇ ਬੱਚਾ ਜੋ ਤੁਹਾਡੀ ਗੋਦ ਜਦੋਂ ਪੈਦਾ ਹੋਇਆ ਤਾਂ ਇਹ ਕੀ ਹੋਇਆ ਸੀ ਬੇਟਾ ਤਾਰੀਫ ਕਰੋ ਹਲੇਲੂਯਾ ਯਿਸੂ ਜਿਸਮ ਬਦਲਦਾ ਨਹੀਂ ਵਿਸ਼ਵਾਸ ਕਰਦੇ ਹੋ ਪਾਪਾ ਜੀ ਮੇਰੇ ਕੋਲ ਬੇਟਾ ਨਹੀਂ ਹੈਗਾ ਸੀ ਹਾਂਜੀ ਕਿੰਨੇ ਬੱਚੇ ਤੁਹਾਡੇ ਮੇਰੀਆਂ 6 ਬੇਟੀਆਂ ਸੀ 6 ਬੇਟੀਆਂ ਸੀ ਹਾਂਜੀ 6 ਬੇਟੀਆਂ ਸੀ ਔਰ ਜਦੋਂ ਤੁਸੀਂ ਇਸ ਜਗ੍ਹਾ ਤੇ ਆਏ ਕੀ ਦੱਸਿਆ ਸੀ ਕਿਸੇ ਨੇ ਤੁਹਾਨੂੰ ਕਿਸ ਜਗ੍ਹਾ ਤੇ ਤੁਸੀਂ ਜਾਓ ਤੇ ਕੀ ਹੋ ਜਾਏਗਾ ਮੇਰੀ ਸਿਸਟਰ ਨੇ ਦੱਸਿਆ ਸੀ ਵੀ ਤੂੰ ਇੱਥੇ ਜਾ ਤੇਰੇ ਬੇਟਾ ਹੀ ਹੋ ਤੇਰੇ ਬੇਟਾ ਹੋ ਜਾਊਗਾ ਜਦੋਂ ਤੁਸੀਂ ਇਸ ਜਗ੍ਹਾ ਤੇ ਆਏ ਸੀ ਹਾਂਜੀ ਤਾਂ ਉਸ ਸਮੇਂ ਵੀ ਤੁਸੀਂ ਪ੍ਰੈਗਨੈਂਟ ਹੋ ਹਾਂਜੀ 4 ਮਹੀਨੇ ਦੀ ਪ੍ਰੈਗਨੈਂਸ ਸੀ ਜਦੋਂ ਤੁਸੀਂ ਇਸ ਜਗ੍ਹਾ ਤੇ ਆਏ ਸੀ ਹਾਂਜੀ ਪਾਪਾ ਜੀ ਓਕੇ ਅਜਬ ਆਏ ਜਦੋਂ ਤੁਸੀਂ ਆਏ ਸੀ ਹਾਂਜੀ ਤੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਜਦੋਂ ਆਏ ਸੀ ਅੱਜ ਤੋਂ ਕਿੰਨਾ ਸਮੇਂ ਪਹਿਲੇ ਆਏ ਸੀ 3 ਸਾਲ ਹੋ ਚੱਲੇ ਮੈਨੂੰ ਇਸ ਜਗ੍ਹਾ ਤੇ ਆਏ ਹਾਂਜੀ ਇਹ ਬੇਟਾ ਕਿੰਨੇ ਸਮੇਂ ਦਾ ਹੋ ਗਿਆ ਇਹ 2 ਸਾਲਾਂ ਦਾ ਨਹੀਂ ਤਾਂ ਫਿਰ 3 ਸਾਲ ਕਿੱਦਾਂ ਹੋ ਗਏ 4 ਮਹੀਨੇ ਕੀ ਆਪਕੀ ਪ੍ਰੈਗਨੈਂਸੀ ਥੀ ਹਾਂਜੀ ਹਾਂ ਅਗਰ ਬੇਟਾ 2 ਸਾਲ ਕਾ ਹੈ ਤਾਂ ਫਿਰ ਸਟਾਰਟ ਤੋਂ ਤਬ ਸੇ ਹੋਤਾ ਹੈ ਨਾ ਹਾਂਜੀ ਤਾਂ ਮਤਲਬ 2 ਸਾਲ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਆਏ ਸੀ ਹਾਂਜੀ ਪਾਪਾ ਜੀ ਔਰ ਤੁਹਾਡੀ ਕਿੰਨੀਆਂ ਬੇਟੀਆਂ ਸੀ ਦੱਸਿਆ ਮੇਰੀਆਂ 6 ਬੇਟੀਆਂ 6 ਬੇਟੀਆਂ ਸੀ ਹਾਂਜੀ ਔਰ 6 ਬੇਟੀਆਂ ਔਰ ਇਹ 7ਵਾਂ ਜਿਹੜਾ ਇਹ ਬੱਚਾ ਜਿਹੜਾ ਬੇਟਾ ਤੁਹਾਡੀ ਗੋਦ ਵਿੱਚ ਆ ਇਹ ਹੋਣ ਵਾਲਾ ਸੀ ਉਦੋਂ 4 ਮਹੀਨੇ ਦੀ ਪ੍ਰੈਗਨੈਂਸੀ ਸੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਇਸ ਜਗ੍ਹਾ ਤੇ ਆਏ ਸੀ ਹਾਂਜੀ ਤੇ ਕੀ ਖਾਦਾ ਕੀ ਖਾ ਕੇ ਆਏ ਸੀ ਮੈਂ ਉਦੋਂ ਕਿਟ ਖਾਦੀ ਸੀ ਪਾਪਾ ਜੀ ਤੁਸੀਂ ਕਿਟ ਖਾਦੀ ਸੀ ਜਦੋਂ ਮੈਂ ਤੁਹਾਨੂੰ ਪੁੱਛਿਆ ਸੀ ਹਾਂਜੀ ਪਾਪਾ ਜੀ ਕਿਟ ਮਤਲਬ ਸਮਝਦੇ ਆ ਜੋ ਬੱਚੇ ਨੂੰ ਡਿਸਟਰੋਏ ਨਸ਼ਟ ਕਰਦੇ ਉਹ ਕਿਟ ਖਾਦੀ ਸੀ ਇਹਨਾਂ ਨੇ ਹਾਂਜੀ ਪਾਪਾ ਜੀ 4 ਮਹੀਨੇ ਦਾ ਟਾਈਮ ਸੀ ਤੁਸੀਂ ਕਿਉਂ ਕਿਟ ਖਾਦੀ ਕਿਉਂ ਖਾਦੀ ਸੀ ਕਿਟ ਪਾਪਾ ਜੀ ਮੇਰੇ ਮਨ 'ਚ ਇਹ ਹੋਈ ਕਿ ਇਹ ਵੀ 7ਵੀਂ ਬੇਟੀ ਆ ਨਹੀਂ ਤੁਹਾਨੂੰ ਕੁਝ ਮਤਲਬ ਜਿਵੇਂ ਕੁਝ ਲੱਛਣ ਜਿਵੇਂ ਲੜਕੀਆਂ ਦੇ ਕੁਝ ਲੱਛਣ ਹੁੰਦੇ ਆ ਹਾਂਜੀ ਇਦਾਂ ਲੱਗਾ ਸੀ ਹਾਂਜੀ ਪਾਪਾ ਜੀ ਸੁਣੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਆ ਲੜਕੀ ਲੜਕੀ ਜੋ ਵੀ ਆ ਉਹ ਕਿਹਦੀ ਵੱਲੋਂ ਦੇਣ ਆ ਉਹ ਪਰਮਾਤਮਾ ਦੀ ਦੇਣ ਆ ਚਾਹੇ ਲੜਕੀ ਆ ਕਿਉਂਕਿ ਸਾਡੇ ਸੰਵਿਧਾਨ ਦਾ ਇਹ ਕਿ ਕੁਝ ਲੋਕ ਲੜਕੀਆਂ ਦੇ ਕਾਰਨ ਗਰਭਪਾਤ ਕਰਦੇ ਸੀ ਔਰ ਇਹ ਸਭ ਤੋਂ ਵੱਡਾ ਪਾਪ ਆ ਬੋਲੋ ਕੀ ਆ ਸਭ ਤੋਂ ਵੱਡਾ ਪਾਪ ਆ ਪਰ ਕਦੀ ਕਦੀ ਜੋ ਸਾਡੀ ਜ਼ਰੂਰਤ ਆ ਬੋਲੋ ਕੀ ਹੈ ਜ਼ਰੂਰਤ ਆ ਨਾ ਵੰਸ਼ ਦੀ ਵੰਸ਼ ਦੇ ਲਈ ਜ਼ਰੂਰਤ ਆ ਤੁਸੀਂ ਚਾਹੁੰਦੇ ਸੀ ਕਿ ਪਰਮੇਸ਼ਰ ਮੈਨੂੰ ਬੇਟਾ ਦੇਵੇ ਪਰ ਇਹਨਾਂ ਨੂੰ ਪਤਾ ਲੱਗਾ ਜਿਹੜਾ 7ਵਾਂ ਬੱਚਾ ਇਹਨਾਂ ਦੀ ਗੋਦ ਵਿੱਚ ਸੀ ਇਹਨਾਂ ਨੂੰ ਲੱਗਾ ਕਿ ਇਹ ਵੀ ਕੀ ਹੈ ਬੇਟੀ ਹੈ ਕਿਉਂਕਿ ਕਈ ਵਾਰੀ ਲੜਕੀਆਂ ਦੇ ਲੱਛਣ ਹੁੰਦੇ ਆ ਅਤੇ ਇਹਨਾਂ ਨੇ ਇਸ ਡਰ ਦੇ ਕਾਰਨ ਕਿ ਅੱਗੇ ਮੇਰੀਆਂ 6 ਬੇਟੀਆਂ ਤੋਂ ਇਹਨਾਂ ਨੇ ਕਿੱਟ ਖਾ ਲਈ ਕੀ ਖਾ ਲਈ ਇਹਨਾਂ ਨੇ ਪਰ ਜਦੋਂ ਇਹਨਾਂ ਦੀ ਸਿਸਟਰ ਨੇ ਇਹਨਾਂ ਨੂੰ ਦੱਸਿਆ ਕਿ ਜਾਓ ਉਸ ਜਗ੍ਹਾ 'ਤੇ ਤੁਸੀਂ
ਕੀ ਹੋ ਜਾਏਗਾ? ਤੁਹਾਨੂੰ ਪਰਮੇਸ਼ਰ ਬੇਟਾ ਦੇਗਾ, ਕਿਉਂਕਿ ਬਾਈਬਲ ਦੱਸਦੀ ਆ ਕਿ ਲੜਕੇ ਯਹੋਵਾ ਵੱਲੋਂ ਮਿਰਾਸ, ਲੜਕੇ ਯਹੋਵਾ ਵੱਲੋਂ ਕੀ ਆ? ਮਿਰਾਸ। ਔਰ ਜਦੋਂ ਤੁਸੀਂ ਇਸ ਜਗ੍ਹਾ 'ਤੇ ਆਏ, ਔਰ ਮੈਂ ਤੁਹਾਨੂੰ ਕੀ ਦੱਸਿਆ ਸੀ ਜਦੋਂ ਤੁਸੀਂ ਕਿੱਟ ਖਾਧੀ ਸੀ ਕਿ ਹੋ ਸਕਦਾ ਫਿਰ? ਹਾਂਜੀ ਪਾਪਾ ਜੀ, ਤੁਸੀਂ ਕਹੇ ਵਿਸ਼ਵਾਸ ਕਰੋ, ਬੇਟਾ ਹੀ ਹੋਊਗਾ। ਵਿਸ਼ਵਾਸ ਕਰੋ ਕਿਹਦੇ ਉੱਤੇ? ਪਰਮੇਸ਼ਰ। ਕਿਉਂ ਵਿਸ਼ਵਾਸ ਕਰੋ? ਕਿਉਂ ਵਿਸ਼ਵਾਸ ਕਰੋ? ਕਿਉਂ ਵਿਸ਼ਵਾਸ ਕਰੋ? ਕਿਉਂ ਵਿਸ਼ਵਾਸ ਕਰੋ? ਕਿਉਂਕਿ ਉਹ ਸਾਡੇ ਪਾਪਾਂ ਲਈ ਮਾਰਾ ਗਿਆ, ਗਾੜਾ ਗਿਆ, ਔਰ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠਿਆ, ਜੀ ਉੱਠਿਆ ਹੈ। ਹਾਂਜੀ, ਇਹ ਜੋ ਪ੍ਰੋਬਲਮ ਹੈ ਪਾਪ ਦੀ ਆ, ਤੇ ਉਹ ਪਾਪ ਦੇ ਲਈ ਕ੍ਰੂਸ ਉੱਤੇ ਮਾਰਿਆ ਗਿਆ ਹੈ। ਹਾਂਜੀ, ਔਰ ਜਦੋਂ ਤੁਸੀਂ ਇਸ ਗੱਲ ਨੂੰ ਸੁਣਿਆ, ਸਮਝਿਆ ਤੇ ਵਿਸ਼ਵਾਸ ਕੀਤਾ, ਹਾਂਜੀ ਪਾਪਾ ਜੀ, 4 ਮਹੀਨੇ ਦਾ ਤੁਹਾਡੀ ਪ੍ਰੈਗਨੈਂਸੀ ਸੀ ਤੇ ਤੁਸੀਂ ਕਿੱਟ ਖਾਧੀ। ਹਾਂਜੀ, ਕੀ ਖਾਧੀ ਤੁਸੀਂ? ਕਿੱਟ ਖਾਧੀ ਸੀ। ਔਰ ਤੁਸੀਂ ਵਿਸ਼ਵਾਸ ਰੱਖਿਆ? ਹਾਂਜੀ ਪਾਪਾ ਜੀ। ਫਿਰ ਕੋਈ ਪ੍ਰੋਬਲਮ ਹੋਈ ਕਿੱਟ ਖਾਣ ਦੇ ਬਾਵਜੂਦ? ਨਹੀਂ ਪਾਪਾ। ਔਰ ਇਹ ਬੱਚਾ ਜੋ ਤੁਹਾਡੀ ਗੋਦ ਜਦੋਂ ਪੈਦਾ ਹੋਇਆ, ਤਾਂ ਇਹ ਕੀ ਹੋਇਆ ਸੀ? ਬੇਟਾ। ਹਾਂਜੀ ਪਾਪਾ ਜੀ, ਤਾਰੀਫ ਕਰੋ। ਹਾਲੇਲੂਯਾ, ਯਿਸੂ ਧਰਮ ਬਦਲਦਾ ਨਹੀਂ। ਸੁਣੋ, ਆ ਮੈਨੂੰ ਬਤਾਓ ਕਿ ਕਭੀ ਐਸਾ ਹੋਤਾ ਹੈ? ਮੈਡੀਕਲ ਸਾਇੰਸ ਕੇ ਹਿਸਾਬ ਸੇ ਵੀ ਨਹੀਂ ਹੋਤਾ ਸਕਦਾ। ਹਾਂ, ਕਿ ਕਿੱਟ ਖਾਈ ਹੈ, ਬੋਲੋ ਕਿਆ ਖਾਧੀ ਹੈ? ਕਿੱਟ ਖਾਧੀ ਹੋ, ਬੜੀ ਸਟਰੋਂਗ ਹੁੰਦੀ ਆ, ਔਰ ਕੁਛ ਵੀ ਨਾ ਹੋ, ਔਰ ਜਿਸ ਚੀਜ਼ ਕੇ ਲਈ ਉਹਨਾਂ ਨੇ ਵਿਸ਼ਵਾਸ ਕੀਆ, ਖੁਦਾ ਸੇ ਮੰਗਾ, ਔਰ ਉਹੀ ਚੀਜ਼ ਖੁਦਾ ਨੇ ਬੇਟਾ ਦਿਆ, ਔਰ ਏਕ ਵੀ ਅੰਗ ਐਸਾ ਨਹੀਂ ਇਸਕਾ ਕਿ ਉਸ ਕਿੱਟ ਖਾਣੇ ਸੇ ਇਸਕੇ ਅੰਗੋ ਪਰ ਕੋਈ ਪ੍ਰੋਬਲਮ ਆਈ ਹੋ, ਏਕ ਵੀ ਅੰਗ ਪਰ, ਬੋਲੋ ਕਿਆ ਹੈ? ਏਕ ਵੀ ਅੰਗ ਪਰ ਇਸੇ ਪ੍ਰੋਬਲਮ ਆਈ ਹੋ, ਇਹ ਪੂਰੀ ਤਰ੍ਹਾਂ ਦੇਖੋ ਸਲਾਮਤ ਹੈ, ਕਿਉਂਕਿ ਇਹ ਕਿਸਕੀ ਦੇਣ ਹੈ, ਕਿਉਂਕਿ ਕਿਸ ਪਰ ਇਹਨਾਂ ਨੇ ਸ਼ਾਂਸ ਕੀਆ ਹੈ? ਆਪਕਾ ਜੀਵਨ ਬਦਲ ਗਿਆ। ਹਾਂ, ਲੋਕੋ ਕੋ ਬਤਾਤੇ ਹੋ ਆਪਣੀ ਗਵਾਹੀ? ਸ਼ਰਮਾਤੇ ਤੋ ਨਹੀਂ ਉਸਕੇ ਨਾਮ ਸੇ? ਨਹੀਂ ਪਾਪਾ ਜੀ। ਹਾਂ, ਨਹੀਂ ਪਾਪਾ ਜੀ, ਪੱਕੀ ਗੱਲ ਹੈ? ਹਾਂਜੀ ਪੱਕੀ ਗੱਲ ਹੈ। ਤੇ ਸ਼ਰਮਾਉਂਦੇ ਨਹੀਂ ਹੈ? ਨਹੀਂ ਪਾਪਾ ਜੀ। ਜਿਹੜਾ ਵੀ ਤੁਹਾਨੂੰ ਪੁੱਛੇ ਕਿ ਤੁਸੀਂ ਧਰਮ ਬਦਲਿਆ ਹੈ, ਕੀ ਕਹੋਗੇ? ਧਰਮ ਨਹੀਂ, ਮੇਰਾ ਜੀਵਨ ਬਦਲਿਆ। ਪੱਕੀ ਗੱਲ ਹੈ? ਹਾਂਜੀ ਪਾਪਾ ਜੀ, ਕਿ ਤੁਹਾਡਾ ਜੀਵਨ ਬਦਲਿਆ ਹੈ। ਹਾਂਜੀ, ਤਾਰੀਫ ਕਰੋ ਇਸ ਗੱਲ। ਜਿਹੜੇ ਪਾਪ ਦੇ ਰਾਹਾਂ ਤੇ ਤੂੰ ਚੱਲਦਾ, ਜਿਹੜੇ ਪਾਪ ਦੇ ਰਾਹਾਂ ਤੇ ਤੂੰ ਚੱਲਦਾ, ਉਹ ਰਾਹਾਂ ਬਦਲਦਾ ਹੈ। ਯਿਸੂ ਧਰਮ ਬਦਲਦਾ ਨਹੀਂ, ਉਹ ਤੇ ਜ਼ਿੰਦਗੀ ਬਦਲਦਾ ਹੈ। ਆਮੀਨ।